ਜਿੱਥੇ ਕਿ ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਨੇ ਦੁਨੀਆਂ ਵਿੱਚ ਆਪਣੀ ਦਹਿਸ਼ਤ ਪਾਈ ਹੋਈ ਹੈ, ਉੱਥੇ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਯੋਗਦਾਨ ਵੀ ਹੈ, ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅਜਿਹਾ ਹੀ ਵੇਖਣ ਨੂੰ ਮਿਲਿਆ ਜ਼ਿਲ੍ਹਾ ਤਰਨਤਾਰਨ ਦੇ ਸ਼ਹਿਰ ਭਿੱਖੀਵਿੰਡ ਵਿੱਚ, ਜਿੱਥੇ ਭਿੱਖੀਵਿੰਡ ਦੇ ਸਮੂਹ ਆੜ੍ਹਤੀਆਂ ਵੱਲੋਂ ਇਕਜੁੱਟ ਹੋ ਕੇ ਕਰੀਬ 600 ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੇਣ ਦਾ ਆਪਣਾ ਸਹਿਯੋਗ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਜਵੰਤ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਭਿੱਖੀਵਿੰਡ ਨੇ ਕਿਹਾ ਕਿ ਸਾਰਿਆਂ ਨੂੰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨੇ ਕਿਹਾ ਕਿ ਮੈਂ ਆੜ੍ਹਤੀ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੁਸ਼ਕਲ ਭਰੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਆਪਣੇ ਕਦਮ ਅੱਗੇ ਵਧਾਏ ਅਤੇ ਕਰੀਬ 600 ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਦਿੱਤਾ। ਹਾਂਜੀ ਸਰ, ਕੀ ਨਾਮ ਹੈ ਆਪਣਾ ਤੇ ਇਹ ਰਾਸ਼ਨ ਜਿਹੜਾ ਕਿਸ ਤਰ੍ਹਾਂ ਦਿੱਤਾ ਜਾ ਰਿਹਾ? ਮੈਂ ਜਵੰਤ ਸਿੰਘ ਜੀ, ਚੇਅਰਮੈਨ ਮਾਰਕੀਟ ਕਮੇਟੀ ਭਿੱਖੀਵਿੰਡ। ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਮਰਿਆੜਤੀ ਵੀਰ ਆ, ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ। ਉਹਦੇ ਜਵਿੰਦਾ ਜੀ, ਹੁਣ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ, ਸਾਡੇ ਪ੍ਰਧਾਨ ਜੀ, ਜੱਜ ਜੀ, ਸਾਡੇ ਬਹੁਤ ਹੀ ਹੋਣਹਾਰ ਮੇਰੇ ਛੋਟੇ ਵੀਰ ਸੋਨੀ ਜੀ, ਨਾਲ ਉਹਦੇ ਰਣਜੀਤ ਜੀ, ਰਾਣਾ ਜੀ, ਸਾਰੇ ਹੀ ਆ ਜਿੰਨੇ ਵੀ ਸਾਡੇ ਮੰਡੀ ਦੇ ਆੜ੍ਹਤੀ ਆ 100-150, ਉਹਨਾਂ ਬਹੁਤ ਹੀ ਵੱਡਾ ਉਪਰਾਲਾ ਕੀਤਾ। ਹੁਕਮ ਹੋਇਆ ਸੀ ਡੀਸੀ ਸਾਹਿਬ ਦਾ, ਸਾਨੂੰ ਪ੍ਰਦੀਪ ਕੁਮਾਰ ਸੱਭਰਵਾਲ ਜੀ ਦਾ, ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉਪਰਾਲਾ ਕਰੋ, ਜਿੰਨੇ ਵੀ ਗਰੀਬ ਇੱਥੇ ਤੁਹਾਡੇ ਲਾਗੇ ਬੰਨੇ ਆ ਉਹਨਾਂ ਲਈ ਤੁਸੀਂ ਕਿੱਟਾਂ ਬਣਾ ਕੇ, ਏਡੀਸੀ ਸੁਰਿੰਦਰ ਜੀ ਦਾ, ਸਾਡੇ SDM ਨਰਿੰਦਰ ਸਿੰਘ ਜੀ ਧਾਲੀਵਾਲ, ਸਾਰੇ ਹੀ ਸਾਡੇ ਬਹੁਤ ਸਤਿਕਾਰਯੋਗ ਅਫਸਰ ਸਾਨੂੰ ਬਹੁਤ ਹੀ ਡਿਸਟ੍ਰਿਕਟ ਦੇ ਵਿੱਚ ਮਿਲੇ ਨੇ, ਸਾਡੇ ਪੁਲਿਸ ਅਫਸਰ ਜਿਹੜੇ ਸਾਡੇ SSP ਆ ਧਈਆ ਜੀ, ਸਾਡੇ SHO ਸਰਦਾਰ ਬਲਵਿੰਦਰ ਸਿੰਘ ਜੀ ਭਿੱਖੀਵਿੰਡ, ਨਾਲ ਉਹਨਾਂ ਦੇ ਸਾਡੇ DSP ਰਾਜਵੀਰ ਸਿੰਘ ਜੀ, ਇਹਨਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਆਪਦੀ ਜਿਹੜੀ ਜਾਨ ਆ ਤਲੀ 'ਤੇ ਧਰ ਕੇ ਸਾਡੇ ਲਈ, ਜਿੰਨਾ ਵੀ ਪ੍ਰਸ਼ਾਸਨ ਆ, ਹੈਲਥ ਵਾਲੇ, DC ਸਾਹਿਬ, ਜਿੰਨਾ ਵੀ ਪੁਲਿਸ, ਦਿਨ ਰਾਤ ਦੇ ਤੁਰੇ ਫਿਰਦੇ ਸਾਡੀ ਹਿਫਾਜ਼ਤ ਲਈ। ਸਾਨੂੰ ਵੀ ਚਾਹੀਦਾ ਹੈ ਵੀ ਇਹਨਾਂ ਦਾ ਜੋ ਵੀ ਹੁਕਮ ਆ ਸਾਨੂੰ ਮੰਨਣਾ ਚਾਹੀਦਾ, ਡਿਸਟੈਂਸ ਬਣਾ ਕੇ ਰੱਖਣੀ ਚਾਹੀਦੀ ਆ, ਘੱਟੋ ਘੱਟ 2 ਮੀਟਰ ਦੀ, ਅਤੇ ਇਕੱਠ ਨਹੀਂ ਕਰਨਾ ਚਾਹੀਦਾ। ਅੱਜ ਦਾਣਾ ਮੰਡੀ ਭਿੱਖੀਵਿੰਡ ਵੱਲੋਂ ਸਮੂਹ ਆੜ੍ਹਤੀਆਂ ਨੇ 600 ਕਿੱਟ ਜਿਹੜੀ ਬਣਾ ਕੇ, ਉਹਦੇ 'ਚ ਕੋਈ 10 ਕਿਲੋ ਆਟਾ ਹੈ, ਨਾਲ ਗੰਢੇ ਆ, ਆਲੂ ਆ, ਦਾਲ ਆ ਜੀ, ਲੂਣ ਆ, ਖੰਡ ਆ, ਚਾਹ ਆ, ਤੇਲ ਆ, ਇਹ ਸਾਰਾ ਹੀ ਅੱਜ ਪ੍ਰੋਵਾਈਡ ਅਸੀਂ ਥੋੜ੍ਹਾ ਥੋੜ੍ਹਾ ਘਰ ਭਰਤੀ ਕਰਾਵਾਂਗੇ ਗੱਡੀਆਂ ਦੇ ਵਿੱਚ, ਉਹ 20-20 ਕਿੱਟਾਂ ਰੱਖ ਕੇ ਗੱਡੀਆਂ ਜਾਣਗੀਆਂ, ਉਹ ਦੇ ਕੇ ਆਉਣਗੀਆਂ, ਅਸੀਂ ਇਕੱਠ ਨਹੀਂ ਕਰਾਂਗੇ, ਆਪਣੇ ਆਪ ਨੂੰ ਅਸੀਂ ਸ਼ੋਅ ਨਹੀਂ ਕਰਨਾ ਵੀ ਅਸੀਂ ਵੰਡ ਰਹੇ ਹਾਂ। DC ਸਾਹਿਬ ਨਾਲ ਵੀ ਗੱਲ ਹੋਈ ਸੀ, ਉਹਨਾਂ ਵੀ ਕਿਹਾ ਸੀ ਤੁਸੀਂ, ਤੁਹਾਡੇ ਤਾਂ ਮੈਨੂੰ ਪਤਾ ਮਾਣ ਆ, ਤੁਸੀਂ ਆਪਣੇ ਆਪ ਹੀ ਜੋ ਕਰਨਾ ਵਧੀਆ ਕਰ ਰਹੇ ਜੇ, ਉਹਨਾਂ ਨੂੰ ਅਸੀਂ ਕਿਹਾ ਤੁਸੀਂ ਵੀ ਆਓ, AD ਸਾਹਿਬ ਨੂੰ ਵੀ ਕਿਹਾ, ਸੁਰਿੰਦਰ ਜੀ ਨੂੰ, SDM ਸਾਹਿਬ ਨੂੰ ਕਿਹਾ ਸੀ, ਪਰ ਉਹ ਬਿਜ਼ੀ ਹੋਣ ਕਰਕੇ ਮੀਟਿੰਗਾਂ ਬੜੀਆਂ ਚੱਲਣ ਦੀਆਂ ਇਹਦੇ ਸੰਬੰਧ 'ਚ, ਉਹ ਨਹੀਂ ਆ ਸਕੇ। ਇਹ ਜੋ ਵੀ ਆ ਪ੍ਰੋਵਾਈਡ ਆ ਕਿਸੇ ਗਰੀਬ ਦਾ, ਅਸੀਂ ਆਹਨੇ ਵੀ ਢਿੱਡ ਭਰਿਆ ਜਾਵੇ, ਭੁੱਖਾ ਨਹੀਂ ਰਹਿਣਾ ਚਾਹੀਦਾ। ਭਿੱਖੀਵਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਭਿੱਖੀਵਿੰਡ ਵਾਸੀਆਂ ਨੂੰ ਔਰ ਇਲਾਕੇ ਨੂੰ ਸਾਰੇ ਨੂੰ ਸੰਦੇਸ਼ ਇਹ ਦੇਣਾ ਚਾਹੁੰਦਾ ਵੀ ਇਹ ਬੜੀ ਭਿਆਨਕ ਬਿਮਾਰੀ ਆ, ਇਹਦਾ ਕੋਈ ਇਲਾਜ ਅਜੇ ਨਿਕਲਿਆ ਨਹੀਂਗਾ, ਅਤੇ ਸਾਨੂੰ ਇਹੋ ਹੀ ਆ ਵੀ ਸਾਨੂੰ ਘਰਾਂ 'ਚ ਰਹਿਣਾ ਚਾਹੀਦਾ, ਪ੍ਰਸ਼ਾਸਨ ਦੀ ਸਾਨੂੰ ਗੱਲ ਮੰਨਣੀ ਚਾਹੀਦੀ ਹੈ, ਪੁਲਿਸ ਦੀ ਗੱਲ ਮੰਨਣੀ ਚਾਹੀਦੀ ਹੈ, ਸਾਨੂੰ ਇੱਕ ਦੂਜੇ ਤੋਂ ਜੇ ਆਉਣਾ ਵੀ ਹੈ ਕਿਤੇ ਮਜਬੂਰੀ ਨੂੰ, ਤਾਂ ਇਕੱਲਾ ਇਕੱਲਾ ਆਓ ਆਪਦਾ ਸਮਾਨ ਲੈਣ, ਨਾ ਕਿ ਤੁਸੀਂ ਝੁੰਡ ਬਣਾ ਕੇ। ਮੈਂ ਪਿੰਡਾਂ ਦੇ ਵਿੱਚ ਵੇਖਿਆ ਕਈ ਤਾਸ਼ ਖੇਡਦੇ ਆ, ਕੋਈ ਉਸ ਤਰ੍ਹਾਂ ਫਿਰਦੇ ਆ, ਇਹਨਾਂ ਨੂੰ ਅਪੀਲ ਆ ਮੇਰੀ ਭਰਾਵਾਂ ਨੂੰ ਵੀ ਇਹ ਨਾ ਕੰਮ ਕਰਨ, ਇਹ ਪਤਾ ਉਦਣ ਲੱਗਣਾ ਜਿੱਦਣ ਇਹ ਫੈਲ ਗਿਆ। ਸਭ ਤੋਂ ਵਧੀਆ ਸਾਡੇ ਪੰਜਾਬ ਦੇ CM ਨੇ ਸਭ ਤੋਂ ਪਹਿਲਾਂ ਉਹਨਾਂ ਫੈਸਲਾ ਲਿਆ ਸੀ ਵੀ ਲੋਕਡਾਊਨ ਔਰ ਕਰਫਿਊ ਲਾਇਆ, ਸਭ ਤੋਂ ਪਹਿਲੀ ਸਟੇਟ ਇੰਡੀਆ 'ਚ ਹੈ। ਉਸ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਬੜਾ ਵਧੀਆ ਕੀਤਾ, ਸਾਨੂੰ ਬਚਾਉਣ ਦੀ ਖਾਤਰ ਕੀਤਾ। ਕਈ ਲੋਕ ਭੈਣ ਭਰਾ ਆਉਂਦੇ ਆ ਵੀ ਇਹ ਗਲਤ ਆ, ਪਰ ਬਹੁਤ ਵਧੀਆ ਆ, ਇਹਦੇ ਨਾਲ ਹੀ ਅਸੀਂ ਬਚਣਾ। ਹਾਂਜੀ ਸਰ, ਕੀ ਨਾਮ ਹੈ ਆਪਣਾ? ਮੇਰਾ ਨਾਮ ਕ੍ਰਿਸ਼ਨਪਾਲ ਜੱਜ। ਅਤੇ ਕਿਸ ਤਰ੍ਹਾਂ ਇਹ ਰਾਸ਼ਨ ਜਿਹੜਾ ਦਿੱਤਾ ਜਾ ਰਿਹਾ? ਭਿੱਖੀਵਿੰਡ ਪ੍ਰਧਾਨ, ਇਹ ਰਾਸ਼ਨ ਅਸੀਂ ਸਾਰੇ ਮੰਡੀ ਵਾਲੇ ਦੇ ਸਹਿਯੋਗ ਦੇ ਨਾਲ, ਮੰਡੀ ਜਿੰਨੀ ਸਾਡੀ ਦਾਣਾ ਮੰਡੀ ਦੇ ਆ, ਇਹ ਸਰਦਾਰ ਰਾਜ ਸਿੰਘ ਪ੍ਰਧਾਨ ਚੇਅਰਮੈਨ ਨਾਲ ਮੰਡੀ ਦੇ ਪ੍ਰਧਾਨ ਆ, ਪਹਿਲਾਂ ਅਫਸਰਾਂ ਦੀ ਹਦਾਇਤਾਂ ਦੇ ਨਾਲ ਅਸੀਂ ਸਾਰਾ ਕੁਝ ਜਾਣੀ ਕਿ ਉਪਰਾਲਾ ਕਰਨ ਡਿਆ। ਇਹ ਸਾਰੇ ਅਸੀਂ ਮੰਡੀ ਵਾਲਿਆਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਇਹ ਕੋਈ 600 ਲਿਫਾਫਾ ਕਿੱਟਾਂ 600 ਕਿੱਟ ਤਿਆਰ ਕੀਤੀ ਆ, ਜਿਹੜੀ ਅਸੀਂ ਘਰ ਘਰ ਪਹੁੰਚਾਉਣੀ ਆ ਗਰੀਬਾਂ ਨੂੰ, ਗਰੀਬ ਜਨਤਾ ਨੂੰ ਜਿਹੜੀ ਆ ਇਸ ਵੇਲੇ ਕਰਫਿਊ ਦੇ ਵਿੱਚ ਜਿਹੜੀ ਤੰਗ ਆ, ਉਹਨਾਂ ਨੂੰ ਅਸੀਂ ਘਰ ਘਰ ਪਹੁੰਚਾ ਕੇ ਉਹਨਾਂ ਦੀ ਸਹਾਇਤਾ ਕਰਦੇ ਹਾਂ। ਜੀ, ਸੰਦੇਸ਼ ਕੀ ਦੇਣਾ ਚਾਹੋਗੇ? ਮੈਂ ਸੰਦੇਸ਼ ਭਿੱਖੀਵਿੰਡ ਵਾਸੀਆਂ ਨੂੰ, ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਇਸ ਵੇਲੇ ਲੋਕਡਾਊਨ ਆ, ਸਾਰੇ ਜਣੇ ਕਰਫਿਊ ਦੇ ਵਿੱਚ ਸਾਰੇ ਅਫਸਰਾਂ ਦਾ ਸਹਿਯੋਗ ਦੇਣ, SHO ਸਾਹਿਬ, DSP ਸਾਹਿਬ,
जो भी अपन निर्देश देते हैं इन हिदायतों के नाल चलना चाहिए तो अपनी सारे ताजी बचा है सारे का नहीं तो ये काम बहुत भयानक बीमारी है। यदा रो सिर्फ रोकने का तरीका ही है कि आप घर बंद हो जाइए सारा कुछ। तरन तारण तो बलजीत सिंह की रिपोर्ट।